ਮੈਂ ਜਦੋਂ ਕਲਾਕਾਰ ਦੇ ਤੌਰ 'ਤੇ ਉੱਧਰੋਂ ਮਲੋਟ ਵੱਲੋਂ ਗਿੱਦੜ ਉੱਧਰੋਂ ਆਪਣਾ ਫਾਜ਼ਿਲਕਾ ਵੱਲੋਂ ਪੰਨੀ ਵਾਲੇ ਤੋਂ ਕਦੇ ਅਬੋਹਰ ਤੋਂ ਸ਼ੋ ਸ਼ੂ ਕਰਕੇ ਆਉਂਦਾ ਸੀ ਤਾਂ ਦੋ ਨਹਿਰਾਂ ਦੇ ਨੇੜੇ ਰੁਕ ਜਾਂਦੇ ਸੀ, ਰੋਟੀ ਰੋਟੀ ਖਾ ਲਈਏ ਤਾਂ ਦੋ ਨਹਿਰਾਂ ਮੈਂ ਦੇਖਦਾ ਸੀ। ਮੈਂ ਉਦੋਂ ਰਾਜਨੀਤੀ 'ਚ ਨਹੀਂ ਸੀਗਾ, ਪਰ ਮੇਰੇ ਦੋਸਤ ਮਿੱਤਰ ਅਫਸਰ ਜਿਹੜੇ ਸੀ ਉਹ ਸਿੰਚਾਈ ਵਿਭਾਗ 'ਚ ਸੀਗੇ। ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਇਹ ਏਡੀਆਂ ਵੱਡੀਆਂ ਨਹਿਰਾਂ ਜਾਂਦੀਆਂ ਹੈ, ਇਹ ਪੰਜਾਬ 'ਚ ਕਿੱਥੇ ਕਿੱਥੇ ਫਾਇਦਾ ਹੁੰਦਾ ਹੈ। ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਹੈ ਉਹ 'ਚ 18,000 ਕਿਊਸਿਕ ਪਾਣੀ ਜਾਂਦਾ, ਉਹ 'ਚੋਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਪੰਜਾਬ ਦੀ, ਉਹ 'ਚੋਂ ਨਹੀਂ ਕੱਢ ਸਕਦੇ ਜੀ ਆਪਾਂ ਪੈ ਆ ਜਾਂਦੀ। ਪੁਰਾਣੇ ਸਮਝੌਤੇ ਹੋਵੇ ਜੀ ਨਹਿਰੂ ਵੇਲੇ, ਠੀਕ ਹੈ ਜੀ। ਜਿਹੜੀ ਨਾਲ ਜਾਂਦੀ ਹੈ ਜੀ ਕਹਿੰਦੇ ਉਹ ਆਪਣੀ ਹੈ, ਉਹਦਾ ਨਾਮ ਹੈ ਸਰਹੰਦ ਫੀਡਰ, 5,000 ਕਿਊਸਿਕ ਪਾਣੀ ਜਾਂਦਾ। ਪਰ ਕਿਉਂਕਿ ਇੱਧਰਲੇ ਪਾਸੇ ਵਾਲੇ ਲੋਕ ਜਿਹੜੇ ਗਿੱਦੜਵਾਏ ਪਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ, ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਸੁੱਟਦੇ ਹਾਂ ਜੀ, ਕਿਉਂਕਿ ਵਿਚਾਲੇ ਵਾਲੀ ਨਹਿਰ 'ਚੋਂ ਪਾਣੀ ਨਹੀਂ ਕੱਢ ਸਕਦੇ। ਅੱਛਾ ਯਾਰ, ਹੁਣ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ 'ਤੇ ਤੁਸੀਂ ਮੈਨੂੰ ਪਹੁੰਚਾ ਦਿਓਗੇ, ਪਰ ਮੈਂ ਕਿਹਾ ਯਾਰ ਇਹ ਗਲਤ ਗੱਲ ਹੈ, ਸਾਡਾ ਪਾਣੀ ਹੈ, ਅਸੀਂ ਹੀ ਆਪਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਓਂ ਚੱਕਣਾ ਹੋਵੇ ਇੱਦਾਂ ਕਰ ਰਹੇ ਹਾਂ ਯਾਰ। ਕੋਈ ਗੱਲ ਨਹੀਂ, ਮੈਂ ਕਿਹਾ ਸਮਝੌਤੇ ਪੁਰਾਣੇ ਕਰ ਲਏ ਉਹਨਾਂ ਨੇ, ਜਿੱਦੇ ਕਿਤੇ ਹੱਥ 'ਚ ਪੈੱਨ ਆ ਗਿਆ ਕੋਈ ਇਹੋ ਜਿਹਾ ਕਿ ਕਰ ਸਕਦੇ ਹੋਏ ਕੁਛ ਤਾਂ ਇਹ ਜ਼ਰੂਰ ਕਰਨਾ ਹੈ। ਜਦੋਂ ਹੀ ਸਰਕਾਰ ਬਣੀ ਮਹਿਕਮੇ ਵੰਡੇ, ਇਰੀਗੇਸ਼ਨ ਡਿਪਾਰਟਮੈਂਟ ਜੇ ਅਤੇ ਵਾਟਰ ਰਿਸੋਰਸ ਜੇ ਉਹ ਸਾਰਾ ਜਿਹੜਾ ਵੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ। ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਕੇ ਪੱਤਣ ਤੋਂ ਇੱਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ, ਉਹਦਾ ਨਾਮ ਮਾਲਵਾ ਨਹਿਰ ਹੋਊਗਾ, ਉਹਦੀ ਗਿਣਤੀ ਮਿਣਤੀ ਸ਼ੁਰੂ ਕਰ ਦੇਵੇ। ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਅੱਜ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ, ਗਿਣਤੀਆਂ ਮਿਣਤੀਆਂ ਅਸੀਂ ਕਰੀ ਬੈਠੇ ਹਾਂ ਸਾਰੀਆਂ, ਤੁਹਾਨੂੰ ਅੱਜ ਦੱਸਣ ਲੱਗੇ ਹਾਂ 149 ਕਿਲੋਮੀਟਰ ਲੰਬੀ ਨਹਿਰ ਹੋਊਗੀ, 50 ਫੁੱਟ ਚੌੜੀ ਹੋਊਗੀ, 12.5 ਫੁੱਟ ਡੂੰਘਾਈ ਹੋਊਗੀ, 2300 ਕਰੋੜ ਰੁਪਇਆ ਲੱਗੂਗਾ। ਕੋਈ ਗੱਲ ਨਹੀਂ, ਪਰ 2,00,000 ਕਿੱਲਾ, 2,00,000 ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਜੀ। ਇੱਥੇ ਰਹੇ ਨੇ ਬਾਦਲ ਕੇ, ਉਹ ਨਹਿਰਾਂ ਉਹ ਲੋਕੋ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ, ਇਹਨਾਂ ਨੇ ਕੀ ਸੋਚਣਾ ਨਹਿਰਾਂ ਬਾਰੇ, ਇਹਨਾਂ ਨੂੰ ਕੀ ਪਤਾ ਨਹਿਰਾਂ ਬਾਰੇ ਕੀ ਹੁੰਦੀਆਂ ਨੇ, ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਦੇ ਘਰੇ।
ਮੋਗੇ ਦਾ ਕੀ ਪਤਾ ਇਹਨਾਂ ਨੂੰ। ਅੱਜ ਉਹਨਾਂ ਦੀ ਹਿੱਕ ਤੇ ਨਹਿਰ 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 ਬਣ ਲੱਗੀ ਹੈ ਹਿੱਕ ਤੇ। ਕਦੇ ਨਹੀਂ ਸੋਚਿਆ, ਕਦੇ ਨਹੀਂ ਸੋਚਿਆ। ਚਲੋ ਸੰਗਰੂਰ ਵਾਲੇ ਆਸ ਤਾਂ ਸਾਡੇ ਬਾਰੇ ਬਾਅਦ ਸੋਚ ਲਓ, ਪਹਿਲਾਂ ਆਪਦੇ ਬਾਰੇ ਤਾਂ ਸੋਚ ਲੈਂਦੇ। ਇੱਥੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਬਾਰੇ ਸੋਚ ਜਾਂਦਾ ਵੀ ਨਹੀਂ ਯਾਰ, ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇਣਾ, ਔਰ ਪਾਣੀ ਵੀ ਨਹਿਰ ਦਾ ਦੇਣਾ, ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇੱਧਰ ਉੱਧਰ ਨੂੰ ਜਾਈ ਜਾਂਦਾ, ਪਾਕਿਸਤਾਨ ਨੂੰ ਜਾਈ ਜਾਂਦਾ। ਅਸੀਂ ਇੱਧਰ ਨੂੰ ਕਰ ਲਵਾਂਗੇ। ਉਹ ਕਿਹੜਾ ਲਿਖਿਆ ਹੋਇਆ ਇੰਟਰਨੈਸ਼ਨਲ ਸਿਵਲ ਉੱਤੇ ਚ? ਉਹ ਤਾਂ ਨਹੀਂ ਲਿਖਿਆ ਹੋਇਆ ਨਾ। ਬਸ 2000 ਤੋਂ ਵੱਧ, 2000 ਕਿਊਸਿਕ ਤੋਂ ਵੱਧ ਨਹਿਰ ਇੱਧਰਲੇ ਪਾਸੇ ਚੱਲੂਗੀ। ਹੁਣ ਇਹਦੇ ਕੀ ਹੋਊਗਾ? ਹੁਣ ਰਾਜਸਥਾਨ ਵਾਲੀ ਵਿਚਾਲੇ ਆ ਗਈ, ਆਲੇ ਦੁਆਲੇ ਆਪਣੀਆਂ ਨੇ ਦੋਨੇ। ਅੱਜ ਇੱਥੇ ਆਪਾਂ ਬੈਠੇ ਹਾਂ, 6 ਕੁ ਮਹੀਨਿਆਂ ਤੱਕ, ਕੋਈ 8 ਮਹੀਨਿਆਂ ਤੱਕ ਇੱਥੋਂ ਦੀ ਨਹਿਰ ਨਿਕਲ ਰਹੀ ਹੋਊ, ਇੱਥੋਂ ਜਾਊਗੀ ਨਹਿਰ, ਔਰ ਤੁਹਾਡੇ ਆਹ ਖੇਤਾਂ ਨੂੰ ਮੋਗੇ ਨਿਕਲ ਰਹੇ ਹੋਣ। ਧਰਤੀ 'ਚੋਂ ਪਾਣੀ ਕੱਢਣਾ ਬੰਦ ਕਰੋਗੇ, ਟਿਊਬਵੈੱਲ ਬੰਦ ਕਰੋਗੇ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੰਤ, ਗੁਰੂ ਨਾਨਕ ਸਾਹਿਬ ਦਾ ਬਚਨ ਥੋੜ੍ਹਾ ਬਹੁਤ ਸਿੱਧ ਕਰ ਲਾਂਗੇ ਵੀ ਸਹੀ ਹੈ, ਨਹੀਂ ਤਾਂ ਖਾਈ ਜਾਂਦੇ ਹਾਂ। ਧਰਤੀ ਨੂੰ ਵੀ ਖਾਈ ਜਾਂਦੇ ਹਾਂ, ਹਵਾ ਨੂੰ ਵੀ ਖਾਈ ਜਾਂਦੇ ਹਾਂ, ਪਾਣੀ ਨੂੰ ਵੀ ਖਾਈ ਜਾਂਦੇ। ਸੋ ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ।